छोटी सी मुलाकात तो बीत जाएगी यूं ही हंसते हंसते। वैसे भी तुसी हंसते हुए बड़े चंगे लग रहे हो, तो चलो शुगर सैमी दे नाल हंसी मजाक दा इस सिलसिला जारी रख रहे हैं। We don't even have a decent sport. What's the Indian sport? Cricket. Cricket, you ever watch this? Like baseball with a 2x4? And it goes on for 5 days. 5 days. You have to be unemployed to be watching cricket. Right? Like, it'd be huge in Quebec. Right? Like, right? You ever watch this sports? Like, you watch it the first day, some dude's batting. 3 days later, it's the same goddamn guy. Right? He's growing a beard by then. His kids are in the stands with signs, you know, Daddy, please come home. We miss you. So, क्रिकेट ਦੇ ਵੀ ਕਾਫੀ ਵੱਡੇ ਫੈਨ ਲੱਗਦੇ ਜੇ ਮੈਨੂੰ ਤੁਸੀਂ। ਮੈਂ ਆਪਣੇ ਪਿਤਾ ਜੀ ਨਾਲ ਦੇਖਦਾ ਕ੍ਰਿਕਟ ਹੈ ਨਾ, ਮਾਂ ਪਿਓ ਨਾਲ ਦੋਨੇ ਬਹੁਤ ਕ੍ਰਿਕਟ ਦੇਖਦੇ ਆ ਘਰ। ਫਿਰ ਜਦੋਂ ਦੇਖਦੇ ਨਾ ਫਿਰ ਥੋੜਾ ਜਿਹਾ ਟਾਈਮ ਮੈਂ ਆਪਣੇ ਮਾਂ ਪਿਓ ਨਾਲ ਜਦੋਂ ਸਪੈਂਡ ਕਰਦਾ, ਜਦੋਂ ਮੈਂ ਘਰ ਹੁੰਦਾ ਫਿਰ ਮੈਂ ਕ੍ਰਿਕਟ ਉਹਨਾਂ ਨਾਲ ਦੇਖਦਾ। ਓ ਅੱਛਾ ਜੀ। ਬਹੁਤ ਬਹੁਤ ਪਸੰਦ ਹੈ ਕਿ ਮੈਂ ਮਾਂ ਪਿਓ ਨੂੰ ਪਸੰਦ ਆ। ਬੱਚੇ ਆਪਣੇ ਮਾਂ ਪਿਓ ਦੇਖਦੇ ਨੇ ਕਿ ਮਾਂ ਪਿਓ ਕੀ ਲਾਈਕ ਕਰਦੇ ਆ, ਮੈਂ ਵੀ ਲਾਈਕ ਕਰਦਾ ਆ। ਬ੍ਰਾਊਨੀ ਪੁਆਇੰਟਸ ਲੈ ਰਹੇ ਆ ਤੁਸੀਂ। ਅੱਛਾ, ਤੇ ਕੋਈ ਵੈਸੇ ਸਪੋਰਟਸ ਵਗੈਰਾ ਖੇਡਦੇ ਵਿੱਚ ਕਿ ਤੁਸੀਂ ਸਿਰਫ ਕਾਮੇਡੀ ਦੇ ਵਿੱਚ ਹੀ ਜ਼ਿਆਦਾ ਇਤਿਹਾਸ? ਨਹੀਂ, ਮੈਂ ਸਪੋਰਟਸ ਦੇਖੋ ਤਾਂ ਸਹੀ, ਮੇਰੀ ਹਾਲਤ ਤਾਂ ਦੇਖੋ ਕਿੰਨਾ ਸਪੋਰਟਸਮੈਨ, ਐਥਲੈਟਿਕ ਬਾਡੀ ਕਿੰਨੀ। ਸੋ ਵਰਕਆਊਟ ਵਗੈਰਾ ਕਰਦੇ ਆ? ਕਰਦਾ, ਹਾਕੀ ਖੇਡਦਾ। ਹਾਕੀ ਮੈਨੂੰ ਬਹੁਤ ਪਸੰਦ। ਆਈਸ ਹਾਕੀ ਨਹੀਂ ਯਾਰ, ਪੰਜਾਬੀ ਹੈ। ਅੱਛਾ, ਪੰਜਾਬੀ ਹਾਕੀ। ਬਾਲ ਹਾਕੀ। ਅੱਛਾ, ਬਾਲ ਹਾਕੀ ਖੇਡਦਾ, 3-4 ਵਾਰੀ ਹਫਤੇ ਦੇ ਵਿੱਚ ਖੇਡਦਾ ਬਾਲ ਹਾਕੀ। ਫਿਰ ਜਿਮ ਦੇ ਵਿੱਚ ਵਰਕਆਊਟ ਕਰਦਾ। ਸੋ ਵੈਂਕੂਵਰ ਦੇ ਵਿੱਚ ਤੁਹਾਡੇ ਸ਼ੋਜ਼ ਹੋ ਜਾ ਰਹੇ ਨੇ, ਆਈ ਥਿੰਕ ਤੁਹਾਡਾ ਪਹਿਲਾ ਸ਼ੋਅ ਥਰਸਡੇ ਨੂੰ ਹੈਗਾ। ਹਾਂਜੀ, 2 ਸ਼ੋਅ ਥਰਸਡੇ, 2 ਫਰਾਈਡੇ, 2 ਸੈਟਰਡੇ। ਪਰ ਬਿਗ ਗੇ ਸਾਰੇ। ਆ ਹੀ ਮੈਂ ਸੁਣਿਆ ਸੋਲਡ ਆਊਟ। ਸੋਲਡ ਆਊਟ, ਮੇਰੇ ਆਉਣ ਤੋਂ ਪਹਿਲਾਂ ਹੀ ਸੋਲਡ ਆਊਟ ਹੋ ਗਿਆ। ਵਾਓ, ਹਾਊ ਡਸ ਇਟ ਫੀਲ? ਫੀਲਸ ਗ੍ਰੇਟ। ਯਾ। ਕਰਾ ਦਾਮ ਦੀ ਚੰਗਾ ਚੰਗਾ। ਐਂਡ ਸੋ ਕੋਈ ਐਕਸਟਰਾ ਸ਼ੋਜ਼ ਐਡ ਕਰਨਗੇ? ਐਕਸਟਰਾ ਸ਼ੋਜ਼ ਮੇਬੀ, ਪਰ ਅਜੇ ਸੀ ਸਨ, ਵੀ ਆਰ ਨਾਟ ਸ਼ੂਰ, ਸੋ ਮੇਬੀ। ਪਰ ਚੈੱਕ ਕਰ ਸਕਦੇ ਮੇਰੇ ਵੈਬਸਾਈਟ ਪਰ sugarsammy.com। ਨਾਓ ਯੂ ਵਰ ਹੇਅਰ ਇਨ ਜਨੂਅਰੀ ਐਸ ਵੈਲ। ਹਾਂਜੀ। ਸੋ ਸਮ ਆਫ ਦ ਪੀਪਲ ਦੈਟ ਵੈਨ ਚੈੱਕਡ ਆਊਟ ਇਨ ਜਨੂਅਰੀ ਆਰ ਪ੍ਰੋਬਬਲੀ ਗੋਇੰਗ ਟੂ ਕਮ ਬੈਕ ਐਂਡ ਚੈੱਕ ਇਟ ਅਗੇਨ। ਯੈਸ। ਸਮਥਿੰਗ ਡਿਫਰੈਂਟ ਇਨ ਸਟੋਰ? ਯੈਸ, ਅ ਲੋਟ ਆਫ ਡਿਫਰੈਂਟ ਸਟਫ ਐਂਡ ਪਲੱਸ ਆਈ ਪਲੇ ਵਿਦ ਦ ਕਰਾਊਡ ਅ ਲੋਟ। ਓਕੇ। ਯੂ ਨੋ, ਯੂ ਸੀਨ ਮੀ? ਆਈ ਸੀਨ ਯੂ। ਯੈ, ਪਲੇ ਵਿਦ ਦ ਕਰਾਊਡ ਅ ਲੋਟ। ਇਟਸ ਹਾਫ ਮਾਈ ਸ਼ੋਅ ਇਜ਼ ਇਨਵੋਲਵਿੰਗ ਅ ਕਰਾਊਡ ਐਂਡ ਟਰਨਿੰਗ ਦੈਟ ਇਨਟੂ ਅ ਬਿਗ ਜੋਕ। ਅ ਫਿਊ ਆਫ ਮਾਈ ਫਰੈਂਡਸ ਆਰ ਕਮਿੰਗ ਐਂਡ ਆਮ ਲਾਈਕ ਇੱਕ ਗੱਲ ਤੁਹਾਨੂੰ ਕੰਮ ਦੀ ਮੈਂ ਦੱਸਣਾ, ਅੱਗੇ ਨਾ ਉਹਦੇ ਵੇਓ, ਜਿਹੜਾ ਅੱਗੇ ਬਹਿ ਗਿਆ ਨਾ ਉਹ ਗਿਆ। ਕਿਉਂ? ਨਹੀਂ, ਮੈਂ ਨਾ ਵੀ ਜਿੱਦਾਂ ਚੰਗੀ ਤਰ੍ਹਾਂ ਕਰਦਾ, ਜਿੱਦਾਂ ਜਿੱਦਾਂ ਦੋਸਤ ਨਹੀਂ ਹੁੰਦੇ ਇੱਕ ਦੂਜੇ ਨੂੰ, ਥੋੜ੍ਹਾ ਤੰਗ ਕਰ ਲੈਂਦੇ। ਮੈਂ ਤੰਗ ਕਰਦਾ ਥੋੜ੍ਹਾ। ਤੁਸੀਂ ਕੋਈ ਜ਼ਿਆਦਾ ਵੀ ਕਰਦੇ ਹੁੰਦੇ ਆ? ਜ਼ਿਆਦਾ ਵੀ ਨਹੀਂ, ਤੁਸੀਂ ਐਵੇਂ, ਤੁਸੀਂ ਡਰਦੇ ਮੇਰੇ ਤੋਂ। ਕਿ ਲੜਾਈ ਤੇ ਨਹੀਂ ਹੋਈ ਤੁਹਾਡੀ ਸ਼ੋਅ ਤੋਂ ਬਾਅਦ? ਕੋਈ ਆ ਕੇ ਕਹਿਣ ਲੱਗੇ ਮੈਂ ਤੇ ਸੈਮੀ ਨੂੰ ਕੁੱਟਣਾ ਫੜ ਕੇ? ਨਹੀਂ, ਲਾਈਨ ਲੱਗੀ ਹੁੰਦੀ ਕੁੜੀਆਂ ਦੀ। ਕੁੜੀਆਂ ਦੀ ਤਾਂ ਲੱਗੀ ਆ? ਹਾਂ, ਉਹ ਤੇ ਮੈਂ ਦੇਖੀ ਸੀ ਐਕਚੁਅਲੀ। ਆਈ ਵਾਚ ਫॉर दैट। ਪੂਰੀ ਲਾਈਨ ਕੁੜੀਆਂ ਹੀ ਕਾ ਇੱਕ ਇੱਕ ਸਾਡੀ ਆਪਣੀ ਵੀ ਲਾਈਨ ਹੀ ਗੋਰੀਆਂ ਦੀ ਲਾਈਨ ਦੋ ਲੱਗੀ। ਅੱਛਾ, ਨਾਓ ਨਾਓ ਇੱਕ ਤੁਹਾਡੀ ਜੋਕ ਮੈਨੂੰ ਬੜੀ ਚੇਤੇ ਆਈ ਆ। ਬਸ ਇੱਕ ਇੱਕ ਮੈਨੂੰ ਬੜੀ ਚੇਤੇ ਆ। ਚਾਰ ਤੇ ਸੀ ਤੁਹਾਨੂੰ ਪੁਲਾਤੀ ਆ, ਬਟ ਦ ਸੈਂਡਵਿਚ ਆਰ ਨਾਟ ਹੇਅਰ। ਸੈਂਡਵਿਚ ਦੇਖੀ ਹੋ? ਦੇਖੀ, ਉਹਦੇ ਬਾਰੇ ਦੱਸਿਓ ਜ਼ਰਾ, ਕੀ ਸੀ ਤੁਹਾਡੀ ਜੋਕ? ਉਹ ਸੈਂਡਵਿਚ ਮੈਂ ਦੇਖਿਆ ਸੀ ਸ਼ੋਅ ਡੇਟਲਾਈਨ ਐਨਬੀਸੀ, ਤੁਹਾਨੂੰ ਪਤਾ, ਜੋ ਉਹ ਪੈਡੋਫਾਈਲਸ ਨੂੰ ਪਕੜਦੇ ਆ। ਫਿਰ ਉਹਨਾਂ ਦਾ ਇੰਡੀਅਨ ਹੀ ਇੰਡੀਅਨ ਨੂੰ ਪਕੜਿਆ ਸੀਗਾ, ਉਹਨਾਂ ਦਾ ਐਕਸਕਿਊਜ਼ ਸੀਗਾ, ਆਈ ਜਸਟ ਬਰਾਟ ਸੈਂਡਵਿਚਸ, ਆਈ ਵਾਸਨਟ ਗੋਇੰਗ ਟੂ ਡੂ ਸਬਵੇ, ਆਈ ਬਰਾਟ ਸੈਂਡਵਿਚਸ, ਆਈ ਵਾਸ ਗੋਇੰਗ ਟੂ ਜਸਟ ਈਟ ਸੈਂਡਵਿਚਸ। ਦੈਟਸ ਇਟ, ਉਹਦਾ ਜੋਕ ਬਣਾ ਲਿਆ। ਯਾ, ਬਹੁਤ ਫਨੀ ਸੀ, ਬਹੁਤ ਹੱਸੀ ਸੀ। ਐਕਚੁਅਲੀ ਪਤਾ ਕੀ ਹੋਇਆ, ਸਾਡੇ ਨਾਲ ਬੈਠਾ ਸੀ ਇੱਕ ਮੁੰਡਾ, ਜਾਣਦੀ ਨਹੀਂ ਸੀ ਉਹਨੂੰ, ਮੈਂ ਆਪਣੀ ਵਾਈਫ ਉਹਦੇ ਸਾਹਮਣੇ ਬੈਠੀ ਸੀ, ਐਨ ਉਹ ਪੀ ਰਿਹਾ ਸੀ ਸ਼ਰਾਬ ਔਰ ਸਮਥਿੰਗ, ਕੋਈ ਡਰਿੰਕ ਪੀ ਰਿਹਾ ਸੀ। ਉਹਦਾ ਨਾਮ ਕੀ? ਚਲੋ ਦੱਸ ਦੋ ਨਾ। ਤੇ ਮੈਂ ਐਕਚੁਅਲੀ ਨਾ ਦੇ ਤਾਂ ਮੈਨੂੰ ਪਤਾ ਨਹੀਂ, ਨਾ ਮੈਂ ਪੁੱਛਿਆ। ਨਾਲ ਉਹਦੀ ਬੈਠੀ ਸੀ ਮੇਰੀ ਫਰੈਂਡ, ਤੇ ਤੁਸੀਂ ਕੋਈ ਜੋਕ ਦੱਸੀ ਐਂਡ ਇੰਨੀ ਕੋਲੋਂ ਫਨੀ ਲੱਗੀ ਕਿ ਹੀ ਜਸਟ ਸਪੈਟ ਆਊਟ ਹਿਸ ਡਰਿੰਕ ਐਂਡ ਇਟ ਵਾਸ ਆਲ ਓਵਰ ਮਾਈ ਫਰੈਂਡ, ਸੋ ਸ਼ੀ ਵਾਸ ਇਨ ਅ ਹੈਪੀ ਕੈਂਪਰ। ਪਰ ਮੈਂ ਆ, ਫਿਰ ਮੇਰੀ ਫਾਲਟ ਕੀ? ਇੰਨੀ ਫਨੀ ਸੀ ਤੁਹਾਡੀ ਜੋਕ। ਅੱਛਾ, ਫਿਰ ਮੇਰੇ ਬਲੇਮ ਮੇਰੇ ਪਰ ਪਾ ਦੋ, ਮੇਰੀ ਫਾਲਟ ਹੈ। ਨਾਲ ਕਿੰਨਾ ਮੇਰੀ ਬੇਇੱਜ਼ਤੀ ਕਰ ਰਹੇ ਯਾਰ। ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗੀ, ਜਿਹੜੀ ਤੁਸੀਂ ਬਾਲੀਵੁੱਡ ਜਾਣਾ ਚਾਹੁੰਦੇ ਜੇ, ਐਂਡ ਬਾਲੀਵੁੱਡ ਦੇ ਵਿੱਚ ਜਿਹੜਾ ਹਿਊਮਰ ਹੈਗਾ ਉਹ ਤੁਹਾਡੇ ਹਿਊਮਰ ਤੋਂ ਥੋੜਾ ਜਿਹਾ ਡਿਫਰੈਂਟ ਹੈ। ਹਾਂਜੀ, ਥੋੜਾ ਜਿਹਾ, ਫਿਰ ਵੀ ਹੈਗਾ ਠੀਕ। ਮੈਨੂੰ ਮੇਰਾ ਸਭ ਤੋਂ ਜਿੱਦਾਂ ਜਿਹੜਾ ਮੈਨੂੰ ਚੰਗਾ ਲੱਗਦਾ ਐਕਟਰ, ਉਹਦੇ ਕੋਲ ਵੀ ਸੈਂਸ ਆਫ ਹਿਊਮਰ ਸੀਗਾ। ਹੀਰੋ ਵਿਦ ਅ ਸੈਂਸ ਆਫ ਹਿਊਮਰ, ਮੈਨੂੰ ਇਹੀ ਪਸੰਦ ਆ। ਅਮਿਤਾਬ ਜਦੋਂ ਕਮੇਡੀਕ ਰੋਲ ਵੀ ਕਰ ਲੈਂਦਾ ਸੀਗਾ, ਸੀਰੀਅਸ ਰੋਲ ਵੀ ਕਰ ਲੈਂਦਾ ਸੀਗਾ, ਫਿਰ ਮੈਂ ਇੱਦਾਂ ਦਾ ਐਕਟਰ ਬਣਨਾ ਚਾਹੁੰਦਾ ਨਾ। ਅਕਸ਼ੇ ਕੁਮਾਰ ਵੀ ਐਕਚੁਅਲੀ ਕਾਫੀ ਵਧੀਆ ਹੈਗੇ ਕਾਮੇਡੀ ਰੋਲ ਦੇ ਵਿੱਚ, ਕੀ ਗੱਲ ਤੁਹਾਡਾ? ਠੀਕ ਹੀ ਹੈ, ਅਮਿਤਾਬ ਦੇ ਬਰਾਬਰ ਤਾਂ ਕੋਈ ਨਹੀਂ। ਨੋ, ਅਮਿਤਾਬ ਤਾਂ ਕਿੰਗ ਹੈ ਯਾਰ। ਅੱਛਾ, ਕਿਹੜੀ ਮੂਵੀ ਤੁਹਾਡੀ ਤੁਹਾਨੂੰ ਉਹਨਾਂ ਦੀ ਕਾਮੇਡੀ ਰੋਲ ਦੇ ਵਿੱਚ ਚੰਗੀ ਲੱਗੀ? ਉਹ ਨਮਕ ਹਲਾਲ, ਦੇਖੀ ਨਮਕ ਹਲਾਲ ਕਿੰਨੀ ਖਰੀ। ਓ, ਇੰਨੀ ਉਹਦੇ ਚ ਕਾਮੇਡੀ ਦਾ ਰੋਲ ਤਾਂ ਨਹੀਂ ਹੈਗਾ ਨਮਕ ਹਲਾਲ ਮੂਵੀ ਦੇ ਵਿੱਚ? ਦੇਖੀ ਨਹੀਂ। ਹਾਂਜੀ, ਠੀਕ ਤਰ੍ਹਾਂ ਨਹੀਂ ਦੇਖੀ। ਪੱਗ ਘੁੰਗਰੂ ਬਾਂਧ ਦੇਖਿਆ? ਮੈਂ ਸਮਝਿਆ ਸ਼ਾਇਦ ਯੂ ਨੋ ਤੁਸੀਂ ਕੋਈ ਨਵੀਂ ਅੱਜ ਦੀ ਅੱਜ ਕੱਲ੍ਹ ਦੇ ਜ਼ਮਾਨੇ ਦੀ ਮੂਵੀ ਪੜ੍ਹ ਰਹੇ। ਲੈਟਸ ਕਾਈਂਡ ਆਫ ਓਲਡ।
kind of old. Haan. But old is gold, yaar. Old is gold. That's right. Namiya movies niya wo nahi hai jinna time purani movies. Koi Punjabi comedian jinu tusi sunde ho ya pasand karde ho? Ki ho na Sudesh Lahiri. Acha. Acha bahut oh na hassan da mere maa pyo bhi bahut pasand karde na fir ikatthe si baith ke dekhde jo unhan nu pasand ho mainu pasand hai. Of course. Pero Sudesh Lahiri, right? Haan ji. Bahut pasand hai. Acha. Now chalo tanu leke chalde hain tode high school days de vich. Haan ji. Let's take you back. Chalo. Mr. Sugar Sammy was probably not called Sugar Sammy back in the day. Nahi. असली नाम जरा हज भी पासपोर्ट पर है थोड़ी कि मैं बदल ले अपना नाम कि पासपोर्ट पर मैं शुगर सैमी है मैंने किसी कंट्री दे विच उन्होंने मैं जान थोड़ी देना असली नाम की तड़ा समीर खुलर हाँ जी अच्छा तो पासपोर्ट तो ही ना है हाँ जी पर तुसी शुगर सैमी यानी कि खंड सैमी के तो बन गए खंड सैमी बन गया ਅਮਨ ਨਾਮ ਤਾਂ ਸਿਰ ਕੁੜੀਆਂ ਨੇ ਯੂਨੀਵਰਸਿਟੀ ਦੇ ਵਿੱਚ ਓ ਅੱਛਾ ਤੁਸੀਂ ਨੇ ਸਵੀਟ ਸੀ ਐਨੇ ਸਵੀਟ ਲਾਈਨਾਂ ਨਹੀਂ ਖਰੀਆਂ ਸੀ ਨਾ ਨਿਕਲਦੀਆਂ ਸੀ ਮੂੰਹ ਦੇ ਵਿੱਚ ਲਾਈਨਾਂ ਤੋਂ ਮੈਂ ਕਿਹਾ ਸ਼ੂਗਰ ਸੈਮੀ ਸੋ ਯੂ ਆਰ ਅ ਗ੍ਰੇਟ ਵਨ ਲਾਈਨਰ ਵਰ ਯੂ ਵਿਦ ਦ ਇੱਕ ਲਾਈਨ ਨਹੀਂ ਪੂਰੇ ਜਦੋਂ ਸ਼ਹਿਰ ਨਿਕਲਦੇ ਸੀ ਅੱਛਾ ਸ਼ਹਿਰ ਹੀ ਸੀਗਾ ਯਾਰ ਅੱਛਾ ਐਨੀ ਪਿਕਅਪ ਲਾਈਨਸ ਨਹੀਂ ਮੈਂ ਨਾ ਗੰਦਾ ਬੰਦਾ ਨਹੀਂ ਹਰੇਕ ਸ਼ਹਿਰ ਦੇ ਵਿੱਚ ਇੱਕ ਦੋ ਕੁੜੀਆਂ ਮੈਂ ਤੁਹਾਨੂੰ ਪਹਿਲਾਂ ਦੱਸਦਾ ਉਤੋਂ ਜ਼ਿਆਦਾ ਨਹੀਂ ਹੁਣ ਵਿਆਹ ਕਰਨਾ ਨਹੀਂ ਓਕੇ Achha, so the girls gave you Sugar Sammy, you stuck with it. You were also a club promoter at one point. Haan ji. Tell us a little bit about that. From a club promoter to... Club promoter, partyyan banaanda sa na. Achha. Jawani de vich. Haan ji bhi jawan hai. Par matlab jadon bahut jawan sa. Fir partyyan karda sa, logan layi throw karda sa. Oh, aa jao meri party de vich. It was a lot of fun. You enjoyed it? I enjoyed it. That was all in Montreal? All in Montreal, but that's in the past. Okay. It's finished. So is your French really fluent? French is fluent. Yeah. Comedy be French de vich karda. So parlez-vous français? Parlez français beaucoup, oui. Oh, oui. Oui, tu aimes le français, tu es très belle comme une pêche. Bas meri bas hogi French bhi. Bas hogi. Hun karna bhi? Nahi. Achha. Achha. So school, je tusi comedy de vich na jaande, you know, if you weren't a successful comedian, what field would you want to get into? Je main comedian na banna fir entertainment de vich ya main host karna saka koi show. ਟਾਕ ਸ਼ੋ ਐਦਾਂ ਜਿੱਦਾਂ ਤੁਸੀਂ ਕਰਦੇ ਆ ਜਾਂ ਫਿਰ ਗਾਣੇ ਪਰ ਮੈਨੂੰ ਗਾਣਾ ਆਉਂਦਾ ਨਹੀਂ ਇੰਨਾ ਪਰ ਯਾ ਐਂਟਰਟੇਨਮੈਂਟ ਵਿੱਚ ਟਾਕ ਸ਼ੋ ਟੀਵੀ ਫਿਲਮ ਐਕਟਿੰਗ ਐਂਡ ਆਈ ਮੀਨ ਯੂ ਨੋ ਯੰਗਰ ਡੇਜ਼ ਐਜ਼ ਯਰ ਫੈਮਿਲੀ ਮੈਂਬਰਸ ਵਰ ਯੂ ਆਲਵੇਜ਼ ਸੋਰਟ ਆਫ ਦ ਕਲਾਸ ਕਲਾਊਨ ਇਨ ਦ ਫੈਮਿਲੀ ਕਾਈਂਡ ਆਫ ਆਲਵੇਜ਼ ਅ ਫਨੀ ਗਾਈ ਨੋਨ ਐਜ਼ ਅ ਫਨੀ ਗਾਈ ਔਰ ਜਸਟ ਵਾਸ ਇਟ ਸਮਥਿੰਗ ਦੈਟ ਵਾਸ ਡਿਵੈਲਪਡ ਓਵਰ ਦ ਇਅਰਸ In school, I was the funny guy. But in my family, in my house, kids, I have my mom, my dad, my brother, and my sister. Uh-huh. I think I'm the least funniest. Really? They're funnier than I am. It's such a funny household. Pura kar ye na na. Bohas has there. Mazak kar de rende. Pura kar asi adhaya. So the spirits both na. And that's why everybody looks so young. Mere mom pe bohut jawan lagde. Kyunki bohas has there. Hasande. You know, they're very light. Light people and they're very relaxed. So mainu lagda hai ki next time to see town cha tere puri family nu invite karna padna set. Oh, invite kar lo. Mainu ta koi gal mere kolo nikli nahi ki mere ko char hone jehde mere kol jyada funny hai jehda. You know, they joke all the time. You'll never get a word out of me. All right. Well, Mr. Sammy, it was a pleasure. Thank you. Thank you. And hale vi jawab to da nahi hai. Okay. Sorry, haath chhad do hun mera. All right. Chalo ji, hun lende ek nikki ji break. Waapsi hogi kuch hi pal mein.